ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਰਵਿੰਦਰ ਸਿੰਘ ਹੋਰ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪ੍ਰਾਪਰਟੀ ਅਪਡੇਟਸ ਪ੍ਰਾਪਰਟੀ ਮਾਲ ਮੈਂ ਪੰਜਾਬੀ ਵਿੱਚ ਸ਼ੁਰੂ ਕਰਤਾ ਕਿਤਾ ਕਿ ਬੜੇ ਸਾਰੇ ਸਾਡੇ ਦਰਸ਼ਕ ਕਹਿੰਦੇ ਭਾਜੀ ਤੁਸੀਂ ਸਰਦਾਰ ਬੰਦੇ ਹੋ ਪੰਜਾਬੀ ਨਹੀਂ ਬੋਲਦੇ ਤੋਂ ਉਹਦੇ ਵਿੱਚ ਮੁਸ਼ਕਲ ਇਹ ਹੈ ਕਿ ਬਹੁਤ ਸਾਰੇ ਸਾਡੇ ਦਰਸ਼ਕ ਹੈ ਜਿਹੜੇ ਹਿਮਾਚਲ ਤੋਂ ਹੈ ਜਾਂ ਜਿਹੜੇ ਹਰਿਆਣਾ ਤੋਂ ਹੈ ਜਾਂ ਯੂਪੀ ਤੋਂ ਹੈ ਜਾਂ ਦਿੱਲੀ ਤੋਂ ਹੈ ਜਿਨ੍ਹਾਂ ਨੂੰ ਪੰਜਾਬੀ ਉਨੀ ਚੰਗੀ ਤਰ੍ਹਾਂ ਨਹੀਂ ਸਮਝ ਆਂਦੀ ਸੋ ਇਸ ਕਰਕੇ ਸਾਨੂੰ ਹਿੰਦੀ ਗੱਲ ਕਰਨ ਦੀ ਲੋੜ ਪੈਂਦੀ ਹੈ ਪਰ ਕਿਉਂਕਿ ਹੁਣ ਅਸੀਂ ਜ਼ਮੀਨ ਦੀ ਗੱਲ ਕਰ ਰਹੇ ਹਾਂ ਔਰ ਜ਼ਮੀਨ ਮੈਕਸਿਮਮ ਜਿਹੜਾ ਹੈਗਾ ਪੰਜਾਬ ਦਾ ਬੰਦਾ ਖਰੀਦਾ ਹੈ ਤਾਂ ਅਸੀਂ ਇਸ ਜਿਹੜੀ ਵੀਡੀਓ ਨੂੰ ਸ਼ੁਰੂਆਤ ਪੰਜਾਬੀ ਚ ਕਰ ਰਹੇ ਹਾਂ ਤਾਂ 16 ਕਿੱਲੇ ਇਹ ਜ਼ਮੀਨ ਹੈ ਜੀ ਬਿਲਕੁਲ ਐਸਵਾਈਐਲ ਬਿਲਹ ਜਿਹੜੇ ਤੁਹਾਡੇ ਹਾ ਪਿੱਛੇ ਦਰਸਤ ਦਿਖ ਰਿਹਾ ਹੈ ਸਾਰੇ ਐਸਵਾਈਐਲ ਨਹਿਰ ਹੈ ਜਿਹੜੀ ਕਿ ਬੰਦ ਹੋ ਚੁੱਕੀ ਹੈ ਔਰ ਕੈਨਸਲ ਹੋ ਚੁੱਕੀ ਹੈ ਔਰ ਇਹਦੇ ਬਿਲਕੁਲ ਨਾਲ ਇਹ ਜ਼ਮੀਨ ਹੈ ਬਿਲਕੁਲ ਪਲੇਨ ਪੱਧਰ ਜ਼ਮੀਨ ਜਿਹਨੂੰ ਆਪਾਂ ਕਹਿੰਦੇ ਆ ਉਹ ਜ਼ਮੀਨ ਹੈ ਔਰ ਜਿਹੜੇ ਦਸਤੂਰ ਨੂੰ ਦਿਖਦੇ ਆ ਇਹ ਚ ਇਹ ਸਾਰੇ ਇਸ ਤਰ੍ਹਾਂ ਹੈ ਇਸ ਤਰ੍ਹਾਂ ਹੀ ਘੁੰਮ ਕੇ ਔਰ ਇਹ ਸਰਕਲ ਦੇ ਵਿੱਚ ਇਹ ਬਿਲਕੁਲ ਹੈ ਘੁੰਮ ਕੇ ਪਿੱਛੇ ਹਸ ਤੱਕ ਜਾਏਗੀ ਸੋ ਇਹ ਜਿਹੜੀ ਜ਼ਮੀਨ 16 ਏਕੜ ਜ਼ਮੀਨ ਹੈ ਟੋਟਲ ਇਹਦੇ ਚ ਮੋਟਰ ਵਾਲਾ ਜਿਹੜਾ ਸਿਸਟਮ ਹੈ ਇਹ ਐਜ਼ ਇਟ ਇਜ਼ ਤੁਹਾਨੂੰ ਮਿਲੇਗਾ ਔਰ ਮੋਟਰ ਦਾ ਡਰਾਫਟ ਆਲਰੇਡੀ ਦਿੱਤਾ ਹੋਇਆ ਹੈ ਔਰ ਕਨੈਕਸ਼ਨ ਤੁਹਾਨੂੰ ਇਹ ਜ਼ਮੀਨ ਚ ਨਾਲ ਮਿਲੇਗਾ ਮੋਟਰ ਨਾਲ ਮਿਲੇਗੀ ਔਰ ਬੋਰ ਇਥੇ ਆਲਰੇਡੀ ਹੋਇਆ ਹੋਇਆ ਹੈ ਕਿ ਤੁਸੀਂ ਇੰਜਨ ਦੇ ਨਾਲ ਇਹਨੂੰ ਪਾਣੀ ਲਾਣਾ ਹੈ ਤਾਂ ਉਹ ਲੱਗ ਸਕਦਾ ਹੈ ਵੈਸੇ ਸੱਚੇ ਖੱਬੇ ਤੋਂ ਪਾਣੀ ਮਿਲ ਵੀ ਜਾਂਦਾ ਹੈ ਨਹਿਰੇ ਦੇ ਬਿਲਕੁਲ ਨਾਲ ਹੈ ਪਾਈਪਾਂ ਪਾ ਕੇ ਉਧਰਲੀ ਮੋਟਰ ਤੋਂ ਵੀ ਤੁਸੀਂ ਘੰਟਿਆਂ ਦੇ حساب ਨਾਲ ਜਿਹੜੇ ਪੈਸੇ ਦੇ ਕੇ ਵੀ ਪਾਣੀ ਲੈ ਸਕਦੇ ਹਾਂ ਫਿਲਹਾਲ ਇੱਥੇ ਕਣਕ ਹੋਈ ਵੀ ਹੈ ਜੀਰੀ ਝੋਨਾ ਇੱਥੇ ਹੁੰਦਾ ਹੈ ਔਰ ਗੰਨਾ ਵੀ ਕੁਝ ਲੋਕ ਲਗਾਉਂਦੇ ਆ ਪਰ ਇੱਥੇ ਤੁਸੀਂ ਸਭ ਕੁਝ ਲਗਾ ਸਕਦੇ ਆ ਕਿਉਂਕਿ ਇਹ ਬਿਲਕੁਲ ਫਰਟਾਈਲ ਤੇ ਪਦਰ ਜ਼ਮੀਨ ਹੈ ਹੁਣ ਇੱਥੋਂ ਚੰਡੀਗੜ੍ਹ ਜਿਹੜਾ ਹੈਗਾ ਉਹ ਤਕਰੀਬਨ ਕੋਈ 35 ਕਿਲੋਮੀਟਰ ਹੋਏਗਾ ਮੈਕਸਿਮਮ ਔਰ ਇਹ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਦੇ ਉੱਤੇ ਜਿੱਥੇ ਮਰਿੰਡਾ ਸ਼ਹਿਰ ਆਂਦਾ ਹੈ ਮਰਿੰਡੇ ਤੋਂ ਚੁੰਨੀ ਵਾਲੀ ਰੋਡ ਦੇ ਉੱਤੇ ਇਹ ਜ਼ਮੀਨ ਹੈ ਮਰਿੰਡਾ ਚੁੰਨੀ ਰੋਡ ਤੋਂ ਤਕਰੀਬਨ 5 ਕਿਲੋਮੀਟਰ ਅੰਦਰ ਸੱਚੇ ਪਾਸੇ ਅਸੀਂ ਜਾਂਦੇ ਆ ਤਾਂ ਇਹ ਜ਼ਮੀਨ ਆਪਾਂ ਨੂੰ ਮਿਲੇਗੀ ਐਸਵਾਈਐਲ ਇਸ ਤਰੀਕੇ ਤੋਂ ਜਾਂਦੀ ਹੈ ਬਿਲਕੁਲ ਐਸਵਾਈਐਲ ਦੇ ਨਾਲ ਹੀ ਜ਼ਮੀਨ ਹੈ ਹੁਣ ਚੰਡੀਗੜ੍ਹ ਤੋਂ 30 ਤੋਂ 35 ਮਿੰਟ ਲੱਗਣਗੇ ਅਗਰ ਤੁਸੀਂ ਚੰਡੀਗੜ੍ਹ 'ਚ ਰਹਿੰਦੇ ਹੋ ਜਾਂ ਤੁਸੀਂ ਕਿਤੇ ਬਾਹਰ ਰਹਿੰਦੇ ਹੋ ਤਾਂ ਤੁਹਾਨੂੰ ਆ ਆਈਡੀਆ ਹੋ ਗਿਆ ਕਿ ਜ਼ਮੀਨ ਕਿੱਥੇ ਹੈ ਇਸ ਇਲਾਕੇ ਚ ਜਿਹੜੀਆਂ ਜ਼ਮੀਨਾਂ ਹੈਗੀਆਂ ਉਹ 60-65 ਲੱਖ ਤੋਂ ਸਟਾਰਟ ਹੋ ਜਾਂਦੀਆਂ ਔਰ ਉੱਪਰ ਤੱਕ ਜਾਂਦੀਆਂ ਔਰ ਲੋਏਸਟ ਪ੍ਰਾਈਸ ਜਿਹੜਾ ਹੁੰਦਾ ਇੱਥੇ ਉਹ ਤਕਰੀਬਨ ਇੱਥੇ 50 ਕ ਲੱਖ ਦੇ ਆਸ-ਪਾਸ ਚੱਲਦਾ ਹੈ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜੀ ਸਾਨੂੰ ਤਾਂ ਘੱਟ ਰੇਟ ਚਾਹੀਦੀ ਹੈ ਵੱਧ ਜ਼ਮੀਨ ਚਾਹੀਦੀ ਹੈ ਇਕੱਠੀ ਹੋਵੇ ਮੋਟਰ ਹੋਵੇ ਤਾਂ ਇਸ ਤਰ੍ਹਾਂ ਦੀਆਂ ਜ਼ਮੀਨਾਂ ਕਾਫੀ ਮੁਸ਼ਕਲ ਨਾਲ ਮਿਲਦੀਆਂ ਕਿਉਂਕਿ ਜਿਹੜਾ ਜ਼ਮੀਨ ਵੇਚ ਰਿਹਾ ਹੈ ਉਹਦੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਨੂੰ ਵੱਧ ਤੋਂ ਵੱਧ ਰੇਟ ਮਿਲੇ ਖਰੀਦਣ ਵਾਲੇ ਨੂੰ ਇਹ ਹੁੰਦਾ ਕਿ ਮੈਨੂੰ ਘੱਟ ਤੋਂ ਘੱਟ ਰੇਟ ਮਿਲੇ ਹੁਣ ਰੇਟ ਡਿਪੈਂਡ ਕਰਦਾ ਹੈ ਵੇਚਣ ਵਾਲੇ ਤੇ ਕਿਉਂਕਿ ਉਹਨੇ ਹਾਂ ਕਰਨੀ ਹੈ ਤੇ ਇਸ ਲਈ ਜਦੋਂ ਕੋਈ ਬੰਦਾ ਜ਼ਮੀਨ ਵੇਚਦਾ ਤਾਂ ਪੰਜਾਬ ਚ ਬੰਦਾ ਮਜਬੂਰੀ ਚ ਜ਼ਮੀਨ ਵੇਚਦਾ ਹਮੇਸ਼ਾ ਆਪਣੀ ਇਸ ਕਰਕੇ ਉਹ ਇਮੋਸ਼ਨਲ ਜਿਹੜਾ ਫੈਕਟਰ ਹੈਗਾ ਉਹਦੇ ਚ ਅਸੀਂ ਜਿਹੜਾ ਵੇਚਣ ਵਾਲੇ ਦੇ ਨਾਲ ਸਾਡਾ ਜਿਹੜਾ ਇੱਕ ਇਮੋਸ਼ਨਲ ਬੌਂਡਿੰਗ ਹੈ ਕਿ ਚਲੋ ਕੋਈ ਬੰਦਾ ਮਜਬੂਰੀ ਜ਼ਮੀਨ ਵੇਚ ਰਿਹਾ ਤਾਂ ਘੱਟੋ ਘੱਟ ਨੂੰ ਆਪਣੀ ਜ਼ਮੀਨ ਦਾ ਵਧੀਆ ਰੇਟ ਮਿਲਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ ਖਰੀਦਾਰ ਜਿਹੜਾ ਇਨਵੈਸਟ ਕਰ ਰਿਹਾ ਹੈ ਇਸ ਸਮੇਂ ਜ਼ਮੀਨ 'ਚ ਉਹਨੂੰ 100% ਕਿਸੇ ਪਾਸੋਂ ਪੈਸੇ ਆਏ ਹੈ। ਯਾਨੀ ਇਹ ਜਾਂ ਤਾਂ ਉਹਦੀ ਜ਼ਮੀਨ ਕਿਤੇ ਵਿਕੀ ਹੋਈ ਹੈ ਮਹਿੰਗੇ ਰੇਟ ਤੇ ਜਾਂ ਉਹਦੀ ਜ਼ਮੀਨ ਕਿਤੇ ਹਾਈਵੇ 'ਚ ਆ ਗਈ ਹੈ ਤਾਂ ਉਹਦੇ ਕੋਲੇ ਸਰਪਲਸ ਪੈਸਾ ਆਇਆ ਹੋਇਆ ਹੈ। ਠੀਕ ਹੈ ਜੀ ਉਹਦਾ ਉਹਦੇ ਉਹਨੂੰ ਕੋਈ ਮਜਬੂਰੀ ਨਹੀਂ ਹੈ। ਮਜਬੂਰੀ ਵੇਚਣ ਵਾਲੇ ਨੇ ਹੁੰਦੀ ਹੈ। ਤੋ ਇਸ ਕਰਕੇ ਸਾਨੂੰ ਉਹ ਵੀ ਦੇਖਣਾ ਚਾਹੀਦਾ ਹੈ ਕਿ ਜੇਕਰ ਕੋਈ ਮਜਬੂਰੀ 'ਚ ਜ਼ਮੀਨ ਵੇਚ ਰਿਹਾ ਹੈ ਤਾਂ ਘੱਟੋ-ਘੱਟ ਉਹਦੀ ਜ਼ਮੀਨ ਦਾ ਉਹਨੂੰ ਪ੍ਰੋਪਰ ਪੂਰਾ ਮੁੱਲ ਮਿਲੇ। ਤੋ ਫਿਰ ਵੀ ਅਸੀਂ ਸਸਤੀ ਜ਼ਮੀਨ ਤੁਹਾਡੇ ਵਾਸਤੇ ਲੱਭਣ ਵਾਸਤੇ ਇਹ ਜ਼ਮੀਨ ਦੇਖਣ ਆਏ ਆਂ ਔਰ ਇਹ ਜ਼ਮੀਨ ਤੁਹਾਨੂੰ 35 ਲੱਖ ਰੁਪਏ ਨੂੰ ਏਕੜ ਮਿਲ ਜਾਏਗੀ ਔਰ 35 ਲੱਖ ਰੁਪਏ ਕਿਲਾ ਅ ਅੱਜ ਅਸੀਂ ਜੇ ਕਿ ਇਹ ਚੰਡੀਗੜ੍ਹ ਤੋਂ ਕੋਈ 500 ਕਿਲੋਮੀਟਰ ਜਾਂ 300 ਕਿਲੋਮੀਟਰ ਜਾਂ 100 ਕਿਲੋਮੀਟਰ ਦੂਰ ਤੇ ਵੀ ਇਹੀ ਭਰਾ ਭਾਅ ਚੱਲਦਾ ਹੈ ਤੇ ਇੱਥੇ ਚੰਡੀਗੜ੍ਹ ਤੋਂ ਸਿਰਫ 35 ਕਿਲੋਮੀਟਰ ਹੈ ਤੇ ਇਸ ਲਈ ਰੇਟ ਬਹੁਤ ਵਾਜਬ ਹੈ ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਜ਼ਮੀਨ ਲੱਭ ਰਹੇ ਸੀ ਇਕੱਠੀ ਮਿਲਣੀ ਹੈ 16 ਏਕੜ ਕੋਈ ਫੋਨ ਕਰਕੇ ਕਹਿੰਦੇ ਆ ਕਿ ਭਾਜੀ ਵਿੱਚੋਂ 2 ਕਿੱਲੇ ਮਿਲ ਜਾਣਗੇ ਨਹੀਂ 2 ਕਿੱਲੇ ਨਹੀਂ ਮਿਲਣਗੇ 16 ਦੇ 16 ਮਿਲਣਗੇ ਵਿਦ ਮੋਟਰ ਸਭ ਕੁਝ ਮਿਲੇਗਾ ਲੇਕਿਨ ਮਿਲੇਗੀ 16 ਦੇ 16 ਕਿਰਜ਼ੇ ਵਿੱਚ ਟਾਈਮ ਟਾਈਮ 3 ਕਿ ਮਹੀਨੇ ਦਾ ਮੈਕਸਿਮ ਮਿਲਦਾ ਇਸ ਤੋਂ ਉੱਪਰ ਟਾਈਮ ਨਹੀਂ ਮਿਲੇਗਾ ਕਿਉਂਕਿ ਪੈਸੇ ਦੀ ਲੋੜ ਹੈ ਤਾਂ ਹੀ ਤਾਂ ਬੰਦਾ ਜ਼ਮੀਨ ਵੇਚ ਰਿਹਾ ਤੇ ਉਹਨੂੰ ਜੇ ਟਾਈਮ ਤੇ ਪੈਸੇ ਹੀ ਨਾ ਮਿਲੇ ਫਿਰ ਜ਼ਮੀਨ ਵੇਚਣ ਦਾ ਫਾਇਦਾ ਕੀ ਹੋਇਆ ਤੋਂ ਇਹ ਵੀ ਗੱਲ ਧਿਆਨ ਚ ਰੱਖਣ ਵਾਲੀ ਹੈ ਉਮੀਦ ਕਰਦੇ ਆ ਜਿਹੜੇ ਬੰਦੇ ਸਸਤੀ ਜ਼ਮੀਨ ਲੱਭ ਰਹੇ ਸੀ ਉਹਨਾਂ ਵਾਸਤੇ ਇਹ ਵੀਡੀਓ ਕੰਮ ਦੀ ਹੋਏਗੀ ਇਹਨੂੰ ਅੱਗੇ ਤੁਸੀਂ ਆਪਣੇ ਗਰੁੱਪ ਪਰ ਹੋਰ ਵੀ ਜ਼ਮੀਨਾਂ ਅਸੀਂ ਦਿਖਾਉਂਦੇ ਆਂ ਨੇ ਜੇ ਘੱਟ ਜ਼ਮੀਨ ਲੈਣੀ ਆ ਤਾਂ ਤੁਸੀਂ ਸਾਡੇ ਕੋਲ ਆ ਕੇ ਹੋਰ ਜ਼ਮੀਨਾਂ ਵੀ ਲੈ ਸਕਦੇ ਹੋ ਉਹ ਜਿਹੜੀ ਚੰਡੀਗੜ੍ਹ ਤੋਂ ਜਿਹੜੀ ਰੋਪੜ ਰੋਡ ਹੈ ਉਹਦੇ ਅੰਦਰ ਜਿਹੜੀ ਸੱਜੇ ਪਾਸੇ ਨੂੰ ਜਿਹੜੀਆਂ ਸੀਸਵਾ ਦੇ ਵਾਲੇ ਪਾਸੇ ਜਾਂ ਬੱਦੀ ਦੇ ਜਿਹੜੀਆਂ ਛੋਟੀਆਂ ਪਹਾੜੀਆਂ ਦੇ ਨਾਲ ਲੱਗਦੀ ਜਿਹੜੀ ਜ਼ਮੀਨ ਹੈ ਉੱਥੇ ਤੁਹਾਨੂੰ ਜ਼ਮੀਨ ਜਿਹੜੀ ਹੈ ਉਹ 40-45 ਲੱਖ ਨੂੰ ਕਿੱਲਾ ਮਿਲ ਜਾਂਦੀ ਹੈ ਜੇ ਤੁਸੀਂ ਥੋੜਾ ਹਿੱਸਾ ਲੈਣਾ ਤੇ ਉਹਦੇ ਵਿੱਚ ਅਸੀਂ ਪਿਛੇ ਜ਼ਮੀਨ ਦਿਖਾਈ ਵੀ ਸੀ 1.50 ਲੱਖ ਨੂੰ ਏਕੜ ਤੇ ਇਸ ਤਰੀਕੇ ਦੀਆਂ ਛੋਟੇ ਜਿਹੜੀਆਂ ਦੋ ਦੋ ਕਿਲੇ ਤਿੰਨ ਤਿੰਨ ਕਿਲੇ ਨੇ ਜਮੀਨਾਂ ਵੀ ਤੁਹਾਨੂੰ ਉਧਰਲੇ ਪਾਸੇ ਮਿਲ ਜਾਣਗੀਆਂ ਇਧਰ ਵੀ ਮਿਲ ਜਾਣਗੀਆਂ ਲੇਕਿਨ ਇੱਥੇ ਥੋੜਾ ਰੇਟ ਤੇਜ਼ ਹੈ ਛੋਟੇ ਟੱਕ ਜਿਹੜੇ ਹੈਗੇ ਆ ਚੰਡੀਗੜ੍ਹ ਦੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਜਿਹੜਾ ਪ੍ਰਾਈਸ ਹੈ ਉਹ 1.5 ਕਰੋੜ ਦੇ ਆਸ-ਪਾਸ ਹੈ ਤੋਂ ਉਮੀਦ ਕਰਦੇ ਆ ਤੁਹਾਡੀ ਵੀਡੀਓ ਕੰਪਲੀ ਹੋਏਗੀ ਅੱਜ ਦੇ ਲਈ ਨਹੀਂ ਮਿਲਦੇ ਅਗਲੀ ਵਾਰ ਇੱਕ ਨਵੀਂ ਵੀਡੀਓ ਜਗ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ